ਤੇ ਟਿਕਟਾਂ ਬੇਬੇ ਕਿਤੇ ਸਰਸੇ ਦੀਆਂ ਨਾਲ ਲੈ ਕੇ ਬਹਿ ਜੀ ਟਿਕਟਾਂ ਕਿਤੇ ਸਰਸੇ ਦੀਆਂ ਨਾਲ ਲੈ ਕੇ ਬਹਿ ਜੀ ਕੋਈ ਰਾਜ ਦਰਜੂ ਅਰੇ ਟਿਕਟਾਂ ਜਿਹੜਾ ਕਹਿੰਦੀ ਆ ਨਾ ਕਿ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੀ ਤੇ ਟਿਕਟਾਂ ਦੋ ਇਹ ਟਿਕਟਾਂ ਉਹਨਾਂ ਕਰਮ ਵਾਲਿਆਂ ਨੂੰ ਮਿਲਦੀਆਂ ਉਹਨਾਂ ਭਾਗਾਂ ਵਾਲਿਆਂ ਨੂੰ ਜਿਨ੍ਹਾਂ ਨੇ ਬਾਣੀ ਦਾ ਜਾਂ ਕਿਸੇ ਸੱਚੇ ਸੁੱਚੇ ਸੰਤ ਫਕੀਰ ਦਾ ਉਹਦੇ ਬਚਨਾਂ ਦਾ ਸੰਗ ਕੀਤਾ ਹੈ ਔਰ ਸਾਰੀ ਉਮਰ ਇਕੱਲੇ ਮੱਥੇ ਨਹੀਂ ਟੇਕੇ ਇਕੱਲੇ ਮੱਥੇ ਨਹੀਂ ਟੇਕੇ ਜੋ ਸਾਡੇ ਗੁਰੂ ਨੇ ਕਿਹਾ ਉਹ ਕਰਕੇ ਵਿਖਾਇਆ ਔਰ ਉਹਨਾਂ ਵਰਗੇ ਦਾਸ ਹੋ ਕੇ ਇਸ ਧਰਤੀ ਤੋਂ ਚਲੇ ਰੱਬ ਪੜੇ ਰਾਮ ਤਾਂ ਉਹਨਾਂ ਦੀਆਂ ਟਿਕਟਾਂ ਹੈ ਔਰ ਉਹਨਾਂ ਦੀਆਂ ਟਿਕਟਾਂ ਫਿਰ ਕੀ ਕਹਿੰਦੀਆਂ ਉਹ ਤਾਂ ਕਹਿੰਦੀਆਂ ਕਿ ਪਹਿਲਾਂ ਜੋ ਵੀ ਕਾਰਜ ਸ਼ੁਰੂ ਕਰਨਾ ਹੈ ਆਪਣੇ ਘਰ ਤੋਂ ਕਰ ਜਿਵੇਂ ਮੈਂ ਕੋਈ ਵੀ ਗੀਤ ਗਾਉਣਾ ਹੈ ਤਾਂ ਪਹਿਲਾਂ ਆਪਦੀ ਮਾਂ ਨੂੰ ਸੁਣਾਉਣਾ ਹੈ ਕਿ ਮਾਂ ਮੇਰੀ ਜੋ ਸੁਣ ਕੇ ਦੇਖ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਾਡੀਆਂ ਧੀਆਂ ਇਹ ਬੈਠ ਕੇ ਸੁਣ ਲੈਣੀਆਂ ਤਾਂ ਜਿਹੜੇ ਤੇ ਸਾਡੀ ਮੇਰੀ ਮਾਂ ਨੇ ਘੁੱਗੀ ਮਾਰਤੀ ਤਾਂ ਫਿਰ ਉਹੀ ਤੁਹਾਡੇ ਸਾਹਮਣੇ ਸੁਣਾਉਣਾ ਮੈਂ ਕਿ ਇਸੇ ਕਰਕੇ ਜੋ ਕੰਮ ਸ਼ੁਰੂ ਕਰਨਾ ਹੈ ਉਹ ਪਹਿਲਾਂ ਘਰ ਤੋਂ ਔਰ ਪਰਿਵਾਰ ਬਾਰੇ ਕੀ ਕਹਿੰਦਾ ਸ਼ਾਇਰ ਉਹ ਕਹਿੰਦਾ ਉਹ ਜੀ ਲੱਗਿਆ ਤੁਹਾਡਾ ਉਹ ਕਿਹਾ ਹਾਂ ਪਾਣੀ ਦੇ ਬਾਰੇ ਕਹਿੰਦਾ ਘਰ ਦੀ ਇੱਜ਼ਤ ਸਭ ਤੋਂ ਪਹਿਲਾਂ ਇਹਨੂੰ ਦਾਗ ਲਵਾਈਏ ਨਾ ਮੁੰਡਿਓ ਘਰ ਦੀ ਇੱਜ਼ਤ ਸਭ ਤੋਂ ਪਹਿਲੋਂ ਉਹ ਇਹਨੂੰ ਦਾਗ ਲਵਾਈਏ ਨਾ ਉਹ ਜਦ ਭੈਣਾਂ ਹੋਣ ਜਵਾਨ ਤੇ ਬਹੁਤੇ ਯਾਰ ਬਣਾਈਏ ਨਾ ਸੱਚੀਆਂ ਤਾੜੀ ਖੁੱਲ ਕੇ ਮਾਰਿਆ ਕਰੋ ਇਹ ਸੱਚੀਆਂ ਹੈ ਘਰ ਦੀ ਇੱਜ਼ਤ ਸਭ ਤੋਂ ਪਹਿਲਾਂ ਉਹ ਇਹਨੂੰ ਦਾਗ ਲਵਾਈਏ ਨਾ ਉਹ ਜਦ ਇਹ ਭੈਣਾਂ ਹੋਣ ਜਵਾਨ ਤੇ ਬਹੁਤ ਯਾਰ ਬਣਾਈਏ ਨਾ ਵੈਸੇ ਤਾਂ ਜੇ 20-25 ਸਾਲ ਪਹਿਲਾਂ ਇਹ ਗੱਲ ਕੋਈ ਸਟੇਜ ਤੇ ਬੋਲਦਾ ਇੱਦਾਂ ਤਾਂ ਮੇਰੇ ਖਿਆਲ 'ਚ ਉਹਦੇ ਛਿੱਤਰ ਪੈਂਦੇ ਲੋਕਾਂ ਨੇ ਲਾ ਲੈਣਾ ਸੀ ਕਿ ਬੋਲਦਾ ਕੀ ਹੈ ਕਿਉਂਕਿ ਆ ਚਿੱਟੀਆਂ ਦਾੜੀਆਂ ਸਾਡੇ ਬਜ਼ੁਰਗ ਬੈਠੇ ਆ ਇਹਨਾਂ ਦਾ ਵੇਲਾ ਤਾਈਓ ਕਹਿੰਦੇ ਸੀ ਭੜਾ ਵੇਲਾ ਸੀ ਭੜਾ ਵੇਲਾ ਸੀ ਮੰਮੀ ਹੋਰੀਆਂ ਵੀ ਦੱਸਦੀਆਂ ਹੁੰਦੀਆਂ ਕਿ 8ਵੀਂ 8ਵੀਂ ਕਲਾਸ ਤੱਕ ਅਸੀਂ ਰਾਤ ਨੂੰ ਖੇਡਦੇ ਫਿਰਦੇ ਹੁੰਦੇ ਸੀ ਸਾਰੇ ਜਵਾਕ ਗਲੀ ਦੇ ਤੇ ਕਿਸੇ ਦੀ ਮਾਂ ਸੱਦਣ ਨਹੀਂ ਆਉਂਦੀ ਸੀ ਕਿ ਸਾਡੀ ਕੁੜੀ ਜਾਂ ਸਾਡਾ ਮੁੰਡਾ ਕਿੱਥੇ ਹੈ ਉਹ ਭਲੇ ਵੇਲੇ ਸੀ ਅੱਜ ਦੇ ਸਮੇਂ 'ਚ ਗੱਲਾਂ ਤਾਂ ਗਾਉਣੀਆਂ ਪੈਂਦੀਆਂ ਕਿਉਂਕਿ ਜਿਨ੍ਹਾਂ ਦੀ ਥਾਲੀ 'ਚ ਖਾਂਦੇ ਆ ਫਿਰ ਉਹਨਾਂ ਦੀ ਛੇਦ ਕਰਦੇ ਆ ਉਹਨਾਂ 'ਚ ਮੋਰੀਆਂ ਕਰਦੇ ਆ ਇਸੇ ਕਰਕੇ ਗੱਲਾਂ ਕਹਿਣੀਆਂ ਪੈਂਦੀਆਂ ਆਪਣੇ ਘਰ ਵਿੱਚ ਕੰਮ ਨਹੀਂ ਹੋਏ ਕਿਸੇ ਬੰਦੇ ਸ਼ੱਕੀ ਦਾ ਇਹ ਧਨ ਪਰਾਇਆ ਕਿਸੇ ਨੂੰ ਦੇਣਾ ਸਾਂਭ ਕੇ ਰੱਖੀਦਾ ਇੱਜ਼ਤ ਵਾਲੀ ਕਿਤਾਬ ਤੇ ਮਿਲਦੇ ਦਾਗੀ ਪੰਨੇ ਨਾ ਉਹ ਭੈਣ ਬਿਨਾ ਕੋਈ ਸੁੰਨੇ ਗੁੱਟ ਤੇ ਰੱਖੜੀ ਬੰਨੇ ਨਾ ਉਹ ਭੈਣ ਬਿਨਾ ਕੋਈ ਸੁੰਨੇ ਗੁੱਟ ਤੇ ਰੱਖੜੀ ਬੰਨੇ ਨਾ ਔਖੇ ਵੇਲੇ ਜਦ ਨੂੰਹ ਆਇਆ ਸੱਸਾਂ ਤੇ ਚੜਦੀਆਂ ਨੇ ਨੀ ਬੇਬੇ ਹੱਸਦੀ ਕਿਉਂ ਐ ਇੱਥੇ ਮਸਲਾ ਥੋੜਾ ਗੜਬੜ ਚ ਹੈ ਔਖੇ ਵੇਲੇ ਜਦ ਨੂੰਹ ਆਇਆ ਸੱਸਾਂ ਤੇ ਚੜਦੀਆਂ ਨੇ ਤਾਂ ਫਿਰ ਇੱਕ ਬੋਲੀ ਪੜਦੀਆਂ ਨੇ ਨੀ ਤੁਸੀਂ ਕੀ ਘੁਸਰ ਮੁਸਰ ਕਰੀ ਜਾਂਦੀ ਹੋ ਨੀ ਬੇਬੇ ਦੰਦ ਵੀ ਗਏ ਘਰ ਵਿੱਚ ਵਸੇ ਲਲਾਰੀ ਤੇ ਚੋਲਾ ਰੰਗ ਆਈ ਨਾ
ਨੇ ਚੀਚੀ ਚੀਕ ਮਾਰੀ ਔਖੇ ਵੇਲੇ ਆਈ ਨਹੀਂ ਖੜਾ ਛੜਦਾ ਉਹ ਗੱਲ ਆਊਗੀ ਓਏ ਨੂੰ ਸੱਸਾ ਵਾਲੀ ਔਖੇ ਵੇਲੇ ਜਦ ਨੂੰ ਆਇਆ ਸੱਸਾ ਤੇ ਚੜਦੀਆਂ ਨੇ ਤਾਂ ਫਿਰ ਇੱਕ ਬੜੀ ਸਿੱਧੀ ਜੀ ਬੋਲੀ ਪੜਦੀਆਂ ਨੇ ਤੇ ਬੋਲੀ ਬੇਬੇ ਪਤਾ ਕਿਹੜੀ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਕੰਧ ਤੇ ਫੋਟੋ ਟੰਗੀ ਹੋਵੇ ਸੱਸ ਹੋਵੇ ਨਹੀਂ ਬੇਬੇ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਹਾਰ ਪਾ ਕੇ ਫੋਟੋ ਟੰਗੀ ਹੋਵੇ ਔਖੇ ਵੇਲੇ ਜਦ ਨੂੰ ਆਇਆ ਸੱਸਾਂ ਤੇ ਚੜਦੀਆਂ ਨੇ ਤੇ ਫਿਰ ਉਸੇ ਵੇਲੇ ਭੈਣਾਂ ਆ ਮਾਪਿਆਂ ਨਾਲ ਖੜਦੀਆਂ ਨੇ ਭੈਣ ਨੀ ਕਦੇ ਧੀਆਂ ਨੇ ਕਦੇ ਨੀ ਕਿਹਾ ਅੱਜ ਦੇ ਸਮੇਂ ਚ ਜਿੰਨਾ ਮਾਂ ਪਿਓ ਦਾ ਦੁੱਖ ਸੁੱਖ ਧੀਆਂ ਵੰਡਾਉਂਦੀਆਂ ਪੁੱਤ ਨਹੀਂ ਵੰਡਾਉਂਦੇ ਮੰਨਣਾ ਪਊਗਾ ਸਾਨੂੰ ਸਹੁਰੇ ਪਰਿਵਾਰ ਜਾ ਕੇ ਵੀ ਜੇ ਕਿਤੇ ਮਾਂ ਪਿਓ ਤੇ ਮਾੜੀ ਮੋਟੀ ਵਿਆਹ ਚ ਆ ਜਾਏ ਤਾਂ ਉਦੋਂ ਹੀ ਭੱਜੀ ਆਉਂਦੀ ਹੈ ਉਦੋਂ ਹੀ ਭੱਜੀ ਔਰ ਕਦੇ ਨੀ ਆ ਕੇ ਕਹਿੰਦੀ ਕਿ ਮੇਰੀ ਮਾਂ ਜਾਂ ਮੇਰਾ ਪਿਓ ਗਲਤ ਹੈ ਸਤਿਕਾਰ ਹੈ ਅਸੀਂ ਸਾਡੇ ਸਾਡੇ ਪਿੰਡਾਂ 'ਚ ਸਾਡੇ ਘਰਾਂ ਦੇ ਵਿੱਚ ਸਿਆਪੇ ਰੌਲੇ ਕਿਹੜੀ ਗੱਲ ਦੇ ਆ ਹਰ ਇੱਕ ਬੰਦਾ ਕਹਿੰਦਾ ਕਿ ਫਲਾਨਾ ਇਹੋ ਜਿਹਾ ਉਹਨੇ ਮੇਰੇ ਨਾਂ ਐਂ ਕੀਤਾ ਉਹਨੇ ਐਂ ਕੀਤਾ ਪਰ ਸੰਤ ਫਕੀਰ ਲੋਕ ਦੱਸਦੇ ਆ ਜਦੋਂ ਮਾਂ ਪਿਓ ਆ ਜਦੋਂ ਬੁੱਢੇ ਹੋ ਗਏ ਹਾਂਜੀ 20 ਰੁਪਏ ਹੈਗੇ ਖੁੱਲੇ ਹੈ 20 ਦਿਓ ਫਿਰ 100 ਲੈ ਲਓ ਉਹ ਯਾਰ ਚਾਹੀਦੇ ਵੀ ਹੈ ਆ ਗਏ ਵੀ ਆ ਰੱਖ ਲਓ ਨਹੀਂ ਨਹੀਂ ਉਹਨੇ ਨਹੀਂ ਮਖਿਆ ਗੱਲ ਹੀ ਵੀ ਆਉਂਦੀ ਹੈ ਹੁਣ ਕਮਲਾ ਹੀ ਹੋਊ ਜਿਹੜਾ 80ਆਂ ਦਾ ਘਾਟਾ ਖਾਊਗਾ ਸਮਝਣਾ ਮੇਰੀ ਗੱਲ ਨੂੰ ਇਹ ਵੀ ਮੈਂ ਤਾਂ ਮੰਗਿਆ ਇਹਨਾਂ ਤੋਂ ਕਿਉਂਕਿ ਸਾਡੇ ਸਾਡੇ ਬਾਬੇ ਦੇ ਬਹੁਤ ਹੀ ਸਤਿਕਾਰਯੋਗ ਬਾਬੇ ਦੇ 20 ਹੈ ਉਹਨਾਂ 20ਆਂ ਦਾ ਹੋਕਾ ਸੁਣ ਕੇ ਮਨ ਨੂੰ ਇੱਕ ਚੈਨ ਜਿਹਾ ਆਉਂਦਾ ਉਹ 20 ਕਿਹੜੇ ਹੈ ਕਰ ਗਿਆ ਬੂਟੇ ਹਰੇ ਵੇ ਜਿਹੜੇ ਕਦੇ ਵੀ ਸੁੱਕਦੇ ਨਾ ਕਰ ਗਿਆ ਬੂਟੇ ਹਰੇ ਵੇ ਜਿਹੜੇ ਕਦੇ ਵੀ ਸੁੱਕਦੇ ਨਾ ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ ਬਾਬੇ ਨਾਨਕ ਦੇ ਆ ਵੀ ਆਹ ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ ਰਾਮ ਨਾਮ ਦੇ ਬੇੜੇ ਰਾਮ ਨਾਮ ਦੇ ਬੇੜੇ ਵੇ ਬਾਬਾ ਕਦੇ ਵੀ ਰੁਕਦੇ ਨਾ ਅੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ ਐ ਬਾਬਾ ਵੀ ਮੁੱਕਦੇ ਨਾ ਗੱਲ ਉੱਥੇ ਹੀ ਫੇਰ ਹੈ ਇਹ ਤਾਂ 20ਆਂ ਨੇ ਉਲਝਾਤੇ ਸੀ ਔਖੇ ਵੇਲੇ ਜਦ ਨੂੰ ਆਇਆ ਸੱਸਾਂ ਤੇ ਚੜਦੀਆਂ ਨੇ ਤੇ ਉਸੇ ਵੇਲੇ ਭੈਣਾਂ ਆ ਮਾਪਿਆਂ ਨਾਲ ਖੜਦੀਆਂ ਨੇ ਕਿਸੇ ਦਾ ਜੰਮਣਾ ਕਿਸੇ ਦਾ ਮਰਨਾ ਚੱਲਦਾ ਰਹਿੰਦਾ ਏ ਭਾਈ ਮਾਂ ਪਿਓ ਤੁਰ ਕੇ ਫੇਰ ਵੀ ਬੱਚਾ ਪਲਦਾ ਰਹਿੰਦਾ ਏ ਪਰ ਜੋ ਨਜ਼ਾਰਾ ਮਾਂ ਦੀਆਂ ਲੋਰੀਆਂ ਸੁਣ ਕੇ ਸੌਣਦਾ ਏ ਉਹ ਜਿਵੇਂ ਬੇਸਮਝੀ ਜੀ ਕਿਸੇ ਚੀਜ਼ ਦੀ ਆਦਤ ਪਾਉਂਦਾ ਏ ਇੱਕ ਮਾਂ ਬੋਰ ਦੀ ਛਾਂ ਤੇ ਰੱਬ ਦਾ ਨਾਂ ਮੁੰਡਿਓ ਇੱਕ ਮਾਂ ਬੋਰ ਦੀ ਛਾਂ ਤੇ ਰੱਬ ਦਾ ਨਾਂ ਤਿੰਨੇ ਸਭ ਨੂੰ ਪਿਆਰੇ ਨੇ ਜੋ ਤਿੰਨੇ ਚੀਜ਼ਾਂ ਖੱਟ ਜੇ ਫਿਰ ਉਹਦੇ ਵਾਰੇ ਨਿਆਰੇ ਨੇ ਫਕੀਰਾ ਵਾਰੇ ਨਿਆਰੇ ਨੇ ਉਹ ਬੇਲੀਆ ਵਾਰੇ ਨਿਆਰੇ ਤੇ ਕਹਿੰਦਾ ਉਹ ਜਿੱਥੇ ਕਹੇਗਾ ਮਰੂੰਗੀ ਨਾਲ ਤੇਰੇ ਕਹੇਗਾ ਮਰੂੰਗੀ ਨਾਲ
Thank you.
ਸਾਈਆਂ ਰੋਟੀ ਕਰਕੇ ਸੁੱਟ ਜਾਵੇ ਖਸਮਾ ਚਾਲਾ ਤੇ ਸੁੱਟ ਜਾਵੇ ਸਾਈਆਂ ਰੋਟੀ ਕਰਕੇ ਸੁੱਟ ਜਾਵੇ ਚਾਲਾ ਤੇ ਸੁੱਟ ਜਾਵੇ ਖਸਮਾ ਦੱਸਾ ਕਿਹੜੀ ਕਿਹੜੀ ਦੀਨ ਯੁੱਤੇ ਰੋਗਿਆ ਰੂਹੇ ਰੋਗਿਆ ਮੇਰੀ ਤੇਰੀ ਦੀਨ ਯੁੱਤੇ ਰੋਗਿਆ ਛੱਲਾ ਨੌ ਨੌ ਖੇਵੇ ਪੁੱਤ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਔਰ ਇਹਨਾਂ ਦੁਆਵਾਂ ਬਦਲੇ ਛੱਲਾ ਕਿਹੜੇ ਕਿਹੜੇ ਮੁੱਲ ਮੰਗਦਾ ਮਾਂ ਮੇਰੀ ਜੋ ਆ ਜੋ ਕੱਲਾ ਕੱਲਾ ਕਰਕੇ ਪੜਦੇ ਆ ਛੱਲਾ ਆ ਜਾ ਬਾਬਾ ਪੈਣਾ ਬੁੱਲ ਤੱਬੇ ਲਈ ਉਹ ਪੈਣਾ ਤੇ ਗੱਲ ਸੁਣ ਛੱਲਿਆ
ਚੱਲਿਆ ਕਾਵਾ ਵੇ ਮਾਵਾ ਖੰਡੀਆਂ ਛਾਵਾ